ਤੁਸੀਂ ਵੀ ਨਾਸ਼ਤੇ ਦੇ ਵਿੱਚ ਖਾਂਦੇ ਹੋ ਹਰ ਰੋਜ਼ ਹੀ ਬ੍ਰੈਡ? ਬ੍ਰੈਡ ਖਾਣ ਵਾਲਿਓ, ਜਰਾ ਧਿਆਨ ਦੇ ਦਿਓ ਇਸ ਵੀਡੀਓ ਦੇ ਉੱਤੇ। ਭਾਰ ਵਧਣ ਤੋਂ ਇਲਾਵਾ ਪੈਦਾ ਹੋ ਸਕਦੀਆਂ ਨੇ ਤੁਹਾਡੇ ਸਰੀਰ ਦੇ ਵਿੱਚ ਕਈ ਹੋਰ ਸਾਰੀਆਂ ਸਮੱਸਿਆਵਾਂ। ਹਾਂਜੀ ਦੋਸਤੋ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਦੇ ਬਹੁਤ ਹੀ ਖਾਸ ਪ੍ਰੋਗਰਾਮ ਹੈਲਥ ਟਿਪਸ ਦੇ ਵਿੱਚ। ਸੋ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਸਵੇਰ ਦੇ ਨਾਸ਼ਤੇ ਦੇ ਬਾਰੇ, ਯਾਨੀ ਕਿ ਬ੍ਰੇਕਫਾਸਟ ਦੇ ਬਾਰੇ। ਅੱਜ ਦੀ ਦੌੜ ਭਰੀ ਜ਼ਿੰਦਗੀ ਦੇ ਵਿੱਚ ਅਕਸਰ ਹੁੰਦਾ ਕਿ ਸਾਡੇ ਕੋਲ ਖਾਣ ਪੀਣ ਦਾ ਜਿਹੜਾ ਹੈਗਾ ਸਮਾਂ ਨਹੀਂ ਹੁੰਦਾ, ਅਤੇ ਸਾਡੇ ਮਾਂ ਪਿਓ ਵੀ ਬਹੁਤ ਬਿਜ਼ੀ ਹੋ ਚੁੱਕੇ ਨੇ, ਜਿਸ ਕਰਕੇ ਉਹ ਸਾਨੂੰ ਸਵੇਰੇ ਸਵੇਰੇ ਬ੍ਰੈਡ ਜੈਮ, ਬ੍ਰੈਡ ਮੱਖਣ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਟੋਸਟ ਵਗੈਰਾ ਬਣਾ ਕੇ ਜਿਹੜਾ ਹੈਗਾ ਸਾਨੂੰ ਦੇ ਦਿੰਦੇ ਆ। ਅਤੇ ਸਾਡਾ ਵੀ ਕੁਝ ਸ਼ਡਿਊਲ ਜਿਹੜਾ ਹੈਗਾ ਅਜਿਹਾ ਕੀ ਹੋ ਗਿਆ ਜਿਸ ਦੇ ਵਿੱਚ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਨਾਸ਼ਤਾ ਨਹੀਂ ਕਰ ਪਾਉਂਦੇ, ਕਿਉਂਕਿ ਸਾਡੇ ਕੋਲ ਸਮਾਂ ਨਹੀਂ ਹੁੰਦਾ। ਪਰ ਕਦੇ ਸੋਚਿਆ ਕਿ ਜਿਹੜਾ ਅਸੀਂ ਹਰ ਰੋਜ਼ ਹੀ ਬ੍ਰੈਡ ਖਾ ਰਹੇ ਹਾਂ ਉਸਦੇ ਸਾਡੇ ਸਰੀਰ ਨੂੰ ਕੀ ਨੁਕਸਾਨ ਹੋ ਰਹੇ ਹੋਣਗੇ? ਸ਼ਾਇਦ ਤੁਸੀਂ ਨਹੀਂ ਸੋਚਿਆ, ਪਰ ਅੱਜ ਅਸੀਂ ਤੁਹਾਨੂੰ ਇਸ ਸੰਬੰਧੀ ਕੁਝ ਖਾਸ ਜਾਣਕਾਰੀ ਦੇਣ ਲੱਗੇ ਹਾਂ, ਕਿਉਂਕਿ ਬ੍ਰੈਡ ਖਾਣ ਦੇ ਨਾਲ ਤੁਹਾਡਾ ਭਾਰ ਵੀ ਵਧੇਗਾ ਅਤੇ ਤੁਹਾਡੇ ਸਰੀਰ ਦੇ ਵਿੱਚ ਕਈ ਹੋਰ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਪੈਦਾ ਹੋ ਸਕਦੀਆਂ। ਕਿਹੜੀਆਂ ਕਿਹੜੀਆਂ ਸਮੱਸਿਆਵਾਂ ਨੇ ਆਓ ਜਾਣ ਲੈਂਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਕਬਜ਼ ਦੀ ਸਮੱਸਿਆ ਦੇ ਬਾਰੇ। ਵਧੇਰੇ ਬ੍ਰੈਡ ਖਾਣ ਦੇ ਨਾਲ ਪਾਚਨ ਪ੍ਰਭਾਵਿਤ ਹੋ ਸਕਦੀ ਹੈ। ਮੈਦੇ ਦੇ ਨਾਲ ਬਣੀ ਬ੍ਰੈਡ ਦੀ ਵਰਤੋਂ ਗੰਭੀਰ ਬਿਮਾਰੀਆਂ ਦਾ ਵੱਡਾ ਕਾਰਨ ਬਣ ਸਕਦੀ ਹੈ। ਬ੍ਰੈਡ ਖਾਣ ਦੇ ਨਾਲ ਕਬਜ਼ ਹੋ ਸਕਦੀ ਹੈ, ਬਾਅਦ ਦੇ ਵਿੱਚ ਇਹ ਸਮੱਸਿਆ ਗੰਭੀਰ ਬਿਮਾਰੀ ਜਿਵੇਂ ਕਿ ਪੈਪਟਿਕ ਅਲਸਰ ਦਾ ਵੱਡਾ ਕਾਰਨ ਬਣਦੀ ਹੈ। ਢਿੱਡ ਦੀਆਂ ਬਿਮਾਰੀਆਂ, ਬ੍ਰੈਡ ਦੇ ਵਿੱਚ ਪਾਚਨ ਕਿਰਿਆ ਨੂੰ ਖਰਾਬ ਕਰਨ ਵਾਲੇ ਤੱਤ ਪਾਏ ਜਾਂਦੇ ਨੇ। ਇਸ ਦੀ ਵਰਤੋਂ ਢਿੱਡ ਦੇ ਵਿੱਚ ਹੋਣ ਵਾਲੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਦੇ ਨਾਲ ਕੀ ਇਸ ਨੂੰ ਖਾਣ ਦੇ ਨਾਲ ਸੀਲੀਅਕ ਬਿਮਾਰੀ ਦਾ ਵੀ ਜਿਹੜਾ ਖਤਰਾ ਹੈ ਵੱਧ ਜਾਂਦਾ ਹੈ। ਬ੍ਰੈਡ ਪੌਸ਼ਟਿਕ ਤੱਤ ਨਹੀਂ ਹੈ। ਇੱਕ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ ਚਿੱਟੇ ਬ੍ਰੈਡ ਖਾਣ ਦੇ ਨਾਲ ਸਰੀਰ ਨੂੰ ਕੋਈ ਪੌਸ਼ਟਿਕ ਤੱਤ ਨਹੀਂ ਮਿਲਦੇ। ਕੰਮ 'ਤੇ ਜਾਣ ਦੇ ਲਈ ਇਸ ਦੀ ਵਰਤੋਂ ਜਲਦੀ ਜਲਦੀ ਦੇ ਵਿੱਚ ਕੀਤੀ ਜਾਂਦੀ ਹੈ, ਜਿਸ ਦੇ ਨਾਲ ਢਿੱਡ ਭਰ ਜਾਂਦਾ ਪਰ ਸਰੀਰ ਨੂੰ ਊਰਜਾ ਨਹੀਂ ਮਿਲਦੀ। ਇਸ ਦੇ ਵਿੱਚ ਪ੍ਰੋਟੀਨ, ਵਿਟਾਮਿਨ ਅਤੇ ਫਾਈਬਰ ਵਰਗੇ ਪੌਸ਼ਟਿਕ ਤੱਤ ਨਹੀਂ ਹੁੰਦੇ। ਅਤੇ ਹੁਣ ਗੱਲ ਕਰ ਲੈਂਦੇ ਹਾਂ ਵੱਧਦੇ ਹੋਏ ਭਾਰ ਦੇ ਬਾਰੇ। ਆਪਣੇ ਸਰੀਰ ਦੇ ਵੱਧਦੇ ਭਾਰ ਤੋਂ ਪਰੇਸ਼ਾਨ ਲੋਕਾਂ ਨੂੰ ਆਪਣੀ ਖੁਰਾਕ ਦੇ ਵਿੱਚ ਬ੍ਰੈਡ ਜਿਹੜਾ ਹੈਗਾ ਕਦੇ ਵੀ ਸ਼ਾਮਲ ਨਹੀਂ ਕਰਨਾ ਚਾਹੀਦਾ। ਇਸਦਾ ਕਾਰਨ ਹੈ, ਜੇਕਰ ਤੁਸੀਂ ਲਗਾਤਾਰ ਬ੍ਰੈਡ ਦੀ ਵਰਤੋਂ ਕਰੋਗੇ ਤਾਂ ਤੁਹਾਡਾ ਭਾਰ ਕਾਫ਼ੀ ਜ਼ਿਆਦਾ ਵੱਧ ਸਕਦਾ ਹੈ ਅਤੇ ਤੁਹਾਡਾ ਸਰੀਰ ਕਈ ਸਾਰੀਆਂ ਗੰਭੀਰ ਬਿਮਾਰੀਆਂ ਨੂੰ ਵੀ ਸੱਦਾ ਦੇਵੇਗਾ, ਜਿਗਰ ਨੂੰ ਵੀ ਕਰੇ ਨੁਕਸਾਨ। ਬ੍ਰੈਡ ਨੂੰ ਹਜ਼ਮ ਕਰਨ ਦੇ ਲਈ ਸਰੀਰ ਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਇਸ ਦੇ ਵਿੱਚ ਪਾਏ ਜਾਣ ਵਾਲੇ ਕਾਰਬੋਹਾਈਡਰੇਟਸ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੇ ਹੈ। ਬਲੱਡ ਸ਼ੂਗਰ ਦੇ ਪੱਧਰ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ, ਬ੍ਰੈਡ ਖਾਣ ਦੇ ਨਾਲ ਬਲੱਡ ਸ਼ੂਗਰ ਦੇ ਪੱਧਰ ਦੇ ਵਿੱਚ ਤੇਜ਼ੀ ਦੇ ਨਾਲ ਉਤਰਾਅ ਚੜਾਅ ਆਉਂਦੇ ਹੈ, ਜੋ ਕਿ ਜ਼ਿਆਦਾ ਭੁੱਖ ਦਾ ਮੁੱਖ ਕਾਰਨ ਬਣਦੇ ਹੈ। ਇਹੀ ਕਾਰਨ ਹੈ ਕਿ ਤੁਸੀਂ ਓਵਰ ਈਟਿੰਗ ਦਾ ਸ਼ਿਕਾਰ ਹੋ ਜਾਂਦੇ ਹੋ। ਅਜਿਹੀ ਸਥਿਤੀ ਦੇ ਵਿੱਚ ਮੈਦੇ ਦੇ ਨਾਲ ਬਣੀ ਬ੍ਰੈਡ ਦੀ ਥਾਂ 'ਤੇ ਆਟੇ ਦੀ ਬਣੀ ਬ੍ਰੈਡ ਦੀ ਵਰਤੋਂ ਕਰੋ, ਉਹ ਤੁਹਾਡੇ ਸਰੀਰ ਵਾਸਤੇ ਕਾਫ਼ੀ ਲਾਹੇਵੰਦ ਵੀ ਸਾਬਿਤ ਹੋਵੇਗੀ। ਸੋ ਦੋਸਤੋ, ਤੁਸੀਂ ਜਾਣ ਹੀ ਗਏ ਹੋਵੋਗੇ ਕਿ ਬ੍ਰੈਡ ਖਾਣ ਦੇ ਕੀ ਨੁਕਸਾਨ ਹੈ। ਹਾਲਾਂਕਿ ਹਰ ਇੱਕ ਚੀਜ਼ ਨੂੰ ਇੱਕ ਅਗਰ ਲਿਮਿਟ ਦੇ ਵਿੱਚ ਖਾਇਆ ਜਾਵੇ ਤਾਂ ਉਹ ਸਰੀਰ ਵਾਸਤੇ ਜਿਹੜਾ ਹੈਗਾ ਲਾਹੇਵੰਦ ਸਾਬਿਤ ਹੁੰਦੀ ਹੈ, ਪਰ ਜੇਕਰ ਕਿਸੇ ਵੀ ਚੀਜ਼ ਨੂੰ ਅਸੀਂ ਜਿਹੜਾ ਹੈਗਾ ਬਹੁਤ ਜ਼ਿਆਦਾ ਖਾਵਾਂਗੇ, ਲੋੜ ਤੋਂ ਵੱਧ ਖਾਵਾਂਗੇ, ਤਾਂ ਉਸਦੇ ਨੁਕਸਾਨ ਕਾਫ਼ੀ ਜ਼ਿਆਦਾ ਹੁੰਦੇ ਹੈ। ਉਹਨਾਂ ਦੇ ਵਿੱਚੋਂ ਹੀ ਇੱਕ ਹੈ ਬ੍ਰੈਡ, ਜਿਨ੍ਹਾਂ ਨੂੰ ਤੁਸੀਂ ਹਰ ਰੋਜ਼ ਨਾਸ਼ਤੇ ਦੇ ਰੂਪ ਦੇ ਵਿੱਚ ਖਾਂਦੇ ਹੋ, ਸਰੀਰ ਵਾਸਤੇ ਬਹੁਤ ਵੱਡਾ ਖਤਰਾ ਸਾਬਿਤ ਹੋ ਰਹੀ ਹੈ। ਸੋ ਜਿਹੜੇ ਵੀ ਤੁਹਾਡੇ ਦੋਸਤ ਮਿੱਤਰ, ਤੁਹਾਡੇ ਰਿਸ਼ਤੇਦਾਰ ਸਵੇਰੇ ਸਵੇਰੇ ਬ੍ਰੈਡ ਜੈਮ ਜਾਂ ਬ੍ਰੈਡ ਮੱਖਣ ਖਾਂਦੇ, ਉਹਨਾਂ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾਇਓ। ਅਤੇ ਜੋ ਵੀ ਤੁਹਾਡੇ ਵਿਚਾਰ ਨੇ ਇਸ ਪੂਰੇ ਵੀਡੀਓ ਦੇ ਬਾਬਤ, ਹੈਲਥ ਟਿਪਸ ਦੇ ਬਾਬਤ, ਕਮੈਂਟਾਂ ਦੇ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਜ਼ਰੂਰ ਪਾਇਓ। ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ।